ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੇਖੋ ਸਮੇਂ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ ਔਰ ਅਸੀਂ ਇਹਨੂੰ ਸਾਇੰਸ ਕਹੀਏ ਟੈਕਨੋਲੋਜੀ ਕਹੀਏ ਜਾਂ ਹੋਰ ਜਿਹੜਾ ਇਨੋਵੇਟਿਵ ਨੇਚਰ ਹੈ ਹਿਊਮਨ ਬੀਇੰਗ ਦਾ ਉਹਨੂੰ ਕਹੀਏ ਸਮਾਜ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਨੇ ਡੇਲੀ ਜਿਹੜੀ ਲਾਈਫ ਹੈ ਰੂਟੀਨ ਲਾਈਫ ਹੈ ਉਹਦੇ ਵਿੱਚ ਇੰਨੀਆਂ ਤਬਦੀਲੀਆਂ ਆ ਗਈਆਂ ਨੇ ਕਿ ਕਦੇ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਅਸੀਂ ਉਹ ਫੇਜ਼ ਵੀ ਦੇਖੇ ਨੇ ਜ਼ਿੰਦਗੀ ਦੇ ਜਿਹੜੇ ਅੱਜ ਦੇ ਜੇ ਬੱਚਿਆਂ ਨੂੰ ਦੱਸੋ ਤਾਂ ਉਹ ਵਿਸ਼ਵਾਸ ਨਹੀਂ ਕਰਦੇ ਉਹ ਸੋਚਦੇ ਨੇ ਕਿ ਅਸੀਂ ਤਾਂ ਕੋਈ ਕਹਾਣੀ ਸੁਣਾ ਰਹੇ ਹਾਂ ਮੈਨੂੰ ਯਾਦ ਆਇਆ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਸਾਂ ਤੇ ਦਾਖਲਾ ਲੈਣਾ ਹੁੰਦਾ ਸੀ ਤਾਂ ਸਰਟੀਫਿਕੇਟਾਂ ਦੀਆਂ origignal ਜਿਹੜੇ ਸਰਟੀਫਿਕੇਟ ਹੁੰਦੇ ਸੀ ਡੇਟ ਆਫ ਬਰਥ ਦਾ ਜਾਂ ਸਕੂਲ ਲੀਵਿੰਗ ਸਰਟੀਫਿਕੇਟ ਜਾਂ ਫਿਰ ਜੇ ਤੁਸੀਂ 8ਵੀਂ ਪਾਸ ਕਰ ਲਈ ਹੈ ਤਾਂ ਮਿਡਲ ਸਟੈਂਡਰਡ ਐਗਜ਼ਾਮੀਨੇਸ਼ਨ ਦਾ ਸਰਟੀਫਿਕੇਟ ਸਕੂਲ ਲੀਵਿੰਗ ਸਰਟੀਫਿਕੇਟ ਫਿਰ 10ਵੀਂ ਵਿੱਚ ਮੈਟ੍ਰਿਕੁਲੇਸ਼ਨ ਸਰਟੀਫਿਕੇਟ ਇਹ ਸਾਰੇ ਸਰਟੀਫਿਕੇਟ ਲੈ ਕੇ origignal ਉਹਨਾਂ ਨੂੰ ਟਾਈਪ ਕਰਾਉਂਦੇ ਸਾਂ ਉਸ ਤੋਂ ਬਾਅਦ ਫਿਰ ਕਿਸੇ ਗੈਸਟ ਅਫਸਰ ਕੋਲ ਲੈ ਜਾਂਦੇ ਸਾਂ ਕਿਸੇ ਡਾਕਟਰ ਕੋਲ ਕਿਸੇ ਪ੍ਰੋਫੈਸਰ ਕੋਲ ਕਿਸੇ ਟੀਚਰ ਕੋਲ ਕਿਸੇ ਐਮਐਲਏ ਕੋਲ ਐਮਪੀ ਕੋਲ ਜਾਂ ਕਿਸੇ ਸਰਕਾਰੀ ਅਧਿਕਾਰੀ ਕੋਲ ਉੱਚ ਅਧਿਕਾਰੀ ਕੋਲ ਜੋ ਕਸਟਡ ਵਨ ਅਫਸਰ ਹੁੰਦਾ ਸੀ ਤੇ ਉਹਦੇ ਤੋਂ ਉੱਤੇ ਸਟੈਂਪ ਲਵਾ ਕੇ ਉਹਦੇ ਸਿਗਨੇਚਰ ਕਰਾ ਕੇ ਉੱਤੇ ਲਿਖਾ ਲੈਂਦੇ ਸਾਂ ਅਟੈਸਟਡ ਟੂ ਬੀ ਟਰੂ ਕਾਪੀ ਬੜਾ ਇੰਟਰਸਿੰਗ ਸਮਾਂ ਹੁੰਦਾ ਸੀ ਟਾਈਪ ਰਾਈਟਰ ਹੁੰਦੇ ਸੀ ਤੇ ਇੱਕ ਟਾਈਪਰਾਈਟਰ ਤੇ ਜਦੋਂ ਕਾਪੀਆਂ ਜਣਾਉਂਦੇ ਸਾਂ ਤੇ ਉਹਦੇ ਵਿੱਚ ਕਾਰਬਨ ਪੇਪਰ ਲਾ ਲੈਂਦੇ ਸਾਂ 5 5 6 6 ਕਾਰਬਨ ਪੇਪਰ ਲਾ ਲੈਣੇ ਨਵੇਂ ਤੇ 7 8 ਕਾਪੀਆਂ ਇੱਕੋ ਵਾਰੀ ਟਾਈਪਰਾਈਟਰ ਤੇ ਝੜਾ ਕੇ ਨਿਕਲ ਆਂਦੀਆਂ ਸਨ ਔਰ ਇਹ ਕਾਰਬਨ ਪੇਪਰ ਨਵਾਂ ਹੁੰਦਾ ਸੀ ਤਾਂ ਅੱਠੇ ਕਾਪੀਆਂ ਆਪਣੀਆਂ ਸਾਫ਼ ਸੁਥਰੀਆਂ ਨੀਟ ਕਲੀਨ ਤੇ ਰੀਡਿਬਲ ਹੁੰਦੀਆਂ ਸਨ ਉਸ ਤੋਂ ਬਾਅਦ ਉਹਨਾਂ ਨੂੰ ਚੈੱਕ ਕਰਕੇ ਗਸਟਡ ਅਫਸਰ ਸਾਈਨ ਕਰ ਦਿੰਦੇ ਸਨ ਤੇ ਉਹ ਤੇ ਆਪਣੀ ਸਟੈਂਪ ਲਗਾ ਦਿੰਦੇ ਸਨ ਸੋ ਉਹ ਇੱਕ ਵੈਲਿਡ ਡਾਕੂਮੈਂਟ ਬਣ ਜਾਂਦਾ ਸੀ ਜਿਹੜਾ ਤੁਸੀਂ ਸਬਮਿਟ ਕਰ ਦਿੰਦੇ ਸੀ ਸੋ ਉਸ ਵੇਲੇ ਜਦੋਂ ਵੀ ਕੋਈ ਡਾਕੂਮੈਂਟ ਸਬਮਿਟ ਕਰਨਾ ਹੁੰਦਾ ਸੀ ਤਾਂ ਔਟੈਸਟਿਡ ਕਹਿੰਦੇ ਸਨ ਤੇ ਉਹ ਕਾਰਬਨ ਪੇਪਰ ਰੱਖ ਕੇ ਹੀ ਬਣਦੇ ਸਨ ਪਰ ਅੱਜ ਕਾਰਬਨ ਪੇਪਰ ਤੇ ਲਗਭਗ ਅਲੋਪ ਹੋ ਗਿਆ ਟਾਈਪਰਾਈਟਰ ਹੀ ਜਦੋਂ ਖਤਮ ਹੋ ਗਏ ਨੇ ਤੇ ਕਾਰਬਨ ਪੇਪਰ ਦੀ ਕੀ ਜ਼ਰੂਰਤ ਰਹੀ ਪਰ ਫਿਰ ਵੀ ਕਦੇ-ਕਦੇ ਜਦੋਂ ਤੁਸੀਂ ਕਿਸੇ ਤਾਰੇ ਮਗਿਸਤਾਨ ਤੇ ਜਾਣੇ ਹੋ ਜਾਂ ਕਿਸੇ ਹੋਰ ਥਾਂ ਤੇ ਜਾਣੇ ਹੋ ਜਿੱਥੇ ਤੁਹਾਨੂੰ ਕੋ ਬਿੱਲ ਦੀ ਰਸੀਦ ਦਿੱਤੀ ਜਾਂਦੀ ਆ ਜਾਂ ਰਸੀਦ ਦਿੱਤੀ ਜਾਂਦੀ ਆ ਉਹਦੇ ਥੱਲੇ ਕਾਰਬਨ ਰੱਖ ਕੇ ਉਹ ਕੱਢਦੇ ਨੇ ਰਸੀਦ ਤੁਹਾਨੂੰ ਦਿੰਦੇ ਨੇ ਤਾਂ ਜੋ ਜਿਹੜੀ ਕਾਰਬਨ ਕਾਪੀ ਹੁੰਦੀ ਆ ਉਹ ਰਿਕਾਰਡ ਵਿੱਚ ਰਹਿ ਜਾਂਦੀ ਆ ਤੇ オリジナル ਤੁਹਾਨੂੰ ਦੇ ਦਿੱਤੀ ਜਾਂਦੀ ਆ ਤੇ ਹੁਣ ਕਿਤੇ ਕਿਤੇ ਕਦੇ ਕਦੇ ਕਾਰਬਨ ਪੇਪਰ ਨਜ਼ਰ ਆ ਜਾਂਦਾ ਹੈ ਲੇਕਿਨ ਜੋ ਸਾਡੇ ਵੇਲੇ ਕਾਰਬਨ ਪੇਪਰ ਦਾ ਇਸਤੇਮਾਲ ਹੁੰਦਾ ਸੀ ਹਰ ਕੰਮ ਵਿੱਚ ਕਾਰਬਨ ਕਾਪੀ ਦੀ ਲੋੜ ਹੁੰਦੀ ਸੀ ਤੇ ਮੈਨੂੰ ਤਾਂ ਯਾਦ ਹੈ ਜਦੋਂ ਮੈਂ ਟ੍ਰਿਬਿਊਨ ਵਿੱਚਾਂ ਤੇ ਸਾਨੂੰ ਕਾਰਬਨ ਪੇਪਰਾਂ ਦਾ ਡੱਬਾ ਹੀ ਮਿਲ ਜਾਂਦਾ ਸੀ ਕਿਉਂਕਿ ਅਸੀਂ ਹਰ ਚੀਜ਼ ਦੀਆਂ ਤਿੰਨ ਕਾਪੀਆਂ ਬਣਾਉਂਦੇ ਸਾਂ ਇੱਕ ਅੰਗਰੇਜ਼ੀ ਟ੍ਰਿਬਿਊਨ ਲਈ ਇੱਕ ਕਾਪੀ ਪੰਜਾਬੀ ਟ੍ਰਿਬਿਊਨ ਲਈ ਇੱਕ ਕਾਪੀ ਦੈਣੀ ਟ੍ਰਿਬਿਊਨ ਲਈ ਜੇਨਾਂ ਨੂੰ ਕਾਰਬਨ ਕਾਪੀਆਂ ਦਿੱਤੀਆਂ ਜਾਂਦੀਆਂ ਸਨ ਤੇ ਫਿਰ ਉਸ ਤੋਂ ਬਾਅਦ ਤਿੰਨ ਪਲਾਈ ਦੇ ਟੈਲੀ ਪ੍ਰਿੰਟਰ ਰੋਲ ਆਣ ਲੱਗੇ ਸੋ ਉਹਨਾਂ ਵਿੱਚ ਕਾਰਬਨ ਲੱਗਿਆ ਹੁੰਦਾ ਸੀ ਸੋ ਅਸੀਂ ਰੋਲ ਚੜਾ ਲੈਂਦੇ ਸੀ ਆਪਣੇ ਟਾਈਪਰਾਈਟਰ ਤੇ ਸੋ ਇਨਸਟੈਡ ਕਿ ਹਰ ਇੱਕ ਵਾਰੀ ਕਾਰਬਨ ਪੇਪਰ ਲਾਈਏ ਔਰ ਜਿਹੜਾ ਟਾਈਪਿੰਗ ਪੇਪਰ ਲਈਏ ਉਹ ਰੋਲ ਪੂਰਾ ਚੜਾ ਲੈਂਦੇ ਸੀ ਉਹ ਕਿੰਨੇ-ਕਿੰਨੇ ਦਿਨ ਇੱਕ ਰੋਲ ਚੱਲ ਜਾਂਦਾ ਸੀ ਜਿੰਨੇ ਰੋਜ਼ ਟਾਈਪ ਕਰਨੀਆਂ ਉਹਨੀਆਂ ਕਾਪੀਆਂ ਆਟੋਮੈਟਿਕਲੇ ਤਿੰਨ ਕਾਪੀਆਂ ਬਣ ਜਾਣੀਆਂ ਤੇ ਤਿੰਨਾਂ ਵਿੱਚ ਬਣ ਦੇਣੀਆਂ ਇੱਕ ਤਾਂ ਗੱਲ ਸੀ ਕਾਰਬਨ ਪੇਪਰ ਦੀ ਟਾਈਪ ਰਾਈਟਰ ਦੀ ਔਰ ਬੜਾ ਇੰਟਰਸਟਿੰਗ ਹੁੰਦਾ ਸੀ ਸਵਾ ਪਰੰਤੂ ਨੁਕਸਾਨ ਇੱਕ ਬਹੁਤ ਵੱਡਾ ਹੁੰਦਾ ਸੀ ਕਿ ਜੇ ਗਲਤੀ ਕੁਝ ਹੋ ਗਈ ਤਾਂ ਸਾਰਾ ਕੁਝ ਦੁਬਾਰਾ ਟਾਈਪ ਕਰਨਾ ਪੈਂਦਾ ਸੀ ਗਲਤੀ ਹੱਥ ਨਾਲ ਲਗਾ ਵੀ ਦਿੰਦੇ ਸੀ ਤਾਂ ਪਰ ਉਹ ਕੇਵਲ ਐਲਿਜੀਬਲ ਨਹੀਂ ਸੀ ਹੁੰਦੀ ਤੇ ਤਿੰਨੇ ਕਾਪੀਆਂ ਤੇ ਲਾਉਣੇ ਹੀ ਮੁਸ਼ਕਲ ਹੋ ਜਾਂਦੀ ਸੀ ਤੇ ਉਹ ਕਹਿੰਦੇ ਸੀ ਦੁਬਾਰਾ ਹੀ ਟਾਈਪ ਕਰਕੇ ਲਿਆਓ ਔਰ ਗਲਤੀਆਂ ਲਗਾ ਕੇ ਟਾਈਪ ਕਰਕੇ ਲਿਆਓ ਹਾਂ ਕਰੇ ਕਰੇ ਕਰੈਕਸ਼ਨ ਫਲੂ ਵੀ ਲਾ ਲੈਂਦੇ ਸੀ ਜੀ ਛੋਟੀ ਮੋਟੀ ਗਲਤੀ ਹੁੰਦੀ ਸੀ ਤੇ ਉਹਦੇ ਤੇ ਦੁਬਾਰਾ ਟਾਈਪ ਕਰ ਦਿੰਦੇ ਸੀ ਪਰੰਤੂ ਬੇਸਿਕ ਗੱਲੇ ਹੁੰਦੀ ਸੀ ਕਿ ਟਾਈਪ ਰਾਈਟਰ ਵਿੱਚ ਹਰ ਚੀਜ਼ ਤੁਹਾਨੂੰ ਦੁਬਾਰਾ ਦੁਬਾਰਾ ਕਰਨੀ ਪੈਂਦੀ ਸੀ ਫਿਰ ਜਦੋਂ ਕੰਪਿਊਟਰ ਆ ਗਏ ਤੇ ਕੰਪਿਊਟਰ ਵਿੱਚ ਤੁਸੀਂ ਜਾ ਜਿਹੜਾ ਵਰਡ ਪ੍ਰੋਸੈਸਰ ਆ ਗਿਆ ਉਹਦੇ ਵਿੱਚ ਤੁਹਾਨੂੰ ਦੁਬਾਰਾ ਟਾਈਪ ਕਰਨ ਦੀ ਜਰੂਰਤ ਨਹੀਂ ਰਹਿੰਦੀ ਉਹ ਤੁਸੀਂ ਵਾਪਸ ਜਾ ਕੇ ਪਿੱਛੇ ਜਾ ਕੇ ਕਰੈਕਸ਼ਨ ਕਰਕੇ ਫਿਰ ਦੁਬਾਰਾ ਅੱਗੇ ਚਲ ਸਕਦੇ ਹੋ ਤੇ ਉਹ ਕਾਪੀ ਕੰਟੀਨਿਊ ਰਹਿੰਦੀ ਹੈ ਔਰ ਕਦੇ ਵੀ ਪੁਰਾਣੀ ਕਾਪੀ ਤੁਸੀਂ ਜਿਹੜੀ ਸੇਵ ਕੀਤੀ ਹੁੰਦੀ ਐ ਨੂੰ ਖੋਲ ਕੇ ਉਸ ਕਰੈਕਸ਼ਨਾਂ ਕਰ ਸਕਦੇ ਹਾਂ ਇਹ ਤਾਂ ਇਹ ਇੱਕ ਗੱਲ ਦੂਜੀ ਗੱਲ ਹੁੰਦੀ ਸੀ ਜਦੋਂ ਸਰਕਾਰ ਵੱਲੋਂ ਟਰਾਂਸਫਰਾਂ ਦੇ ਆਰਡਰ ਆਉਂਦੇ ਸਨ ਜਾ ਕੋਈ ਆਰਡੀਨੈਂਸ ਆਉਂਦਾ ਸੀ ਜਾਂ ਕੋਈ ਬਿੱਲ ਆਉਂਦਾ ਸੀ ਜਾਂ ਵਿਧਾਨ ਸਭਾ ਵਿੱਚ ਜਦੋਂ ਅਸੀਂ ਜਾਂਦੇ ਸਾਂ ਤਾਂ ਵਿਧਾਨ ਸਭਾ ਕੁਐਸਚਨ ਆਨਸਰ ਸੈਸ਼ਨ 'ਚ ਕੀ ਹੋਏਗਾ ਹੋਰ ਜੇ ਅਜੰਡਾ ਹੁੰਦਾ ਸੀ ਉਹ ਸਾਰਾ ਦਾ ਸਾਰਾ ਸਾਈਕਲੋਸਟਾਈਲ ਹੁੰਦਾ ਸੀ ਹੁਣ ਬਹੁਤ ਸਾਰੇ ਅੱਜ ਕੱਲ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਸਟੈਂਸਲ ਕੀ ਹੁੰਦਾ ਪਹਿਲਾਂ ਜਿਹੜੇ ਸਟੈਨੋਗ੍ਰਾਫਰ ਹੁੰਦੇ ਸੀ ਉਹ ਸਟੈਂਸਲ ਕੱਢਦੇ ਸਨ ਇੱਕ ਸਪੈਸ਼ਲ ਕਾਗਜ਼ ਹੁੰਦਾ ਸੀ ਜਿਹਦੇ ਤੇ ਜੋ ਟਾਈਪ ਕਰਦੇ ਸਾਂ ਤਾਂ ਉਹਦੇ ਵਿੱਚ ਉਹ ਪ੍ਰੋਵੀਜ਼ਨ ਬਣ ਜਾਂਦੀ ਸੀ ਕਿ ਉਹਦੇ ਵਿੱਚੋਂ ਇਨਕ ਨਿਕਲ ਕੇ ਪ੍ਰਿੰਟ ਤੇ ਨਾਨ ਪ੍ਰਿੰਟ ਏਰੀਆ ਵਿੱਚ ਡਿਸਟਿੰਕਸ਼ਨ ਕਰ ਦਿੰਦੀ ਸੀ ਫਿਰ ਸਟੈਂਸਲ ਜੋ ਕੱਟਿਆ ਜਾਂਦਾ ਸੀ ਜੇ ਪੂਰਾ ਪੇਜ ਜੋ ਟਾਈਪ ਕੀਤਾ ਜਾਂਦਾ ਉਹਦਾ ਹੀ ਉਸਤੇ ਸਟੈਂਸਲ ਤੇ ਟਾਈਪ ਹੋ ਜਾਂਦਾ ਸੀ ਉਸ ਤੋਂ ਬਾਅਦ ਉਹਨੂੰ ਇੱਕ ਮਸ਼ੀਨ ਤੇ ਚੜਾ ਦਿੱਤਾ ਜਾਂਦਾ ਸੀ ਉਹ ਮੈਨੂਅਲ ਵੀ ਹੁੰਦੀ ਸੀ ਤੇ ਮਕੈਨੀਕਲ ਵੀ ਹੁੰਦੀ ਸੀ ਉਹ ਤੇ ਫਿਰ ਤੁਸੀਂ ਥੱਲੇ ਕਾਗਜ਼ ਰੱਖ ਦਿੰਦੇ ਸੋ ਤੇ ਜਿੰਨੀਆਂ ਤੁਹਾਨੂੰ ਕਾਪੀਆਂ ਚਾਹੀਦੀਆਂ ਸੀ ਉਹ ਸਟੈਂਸਲ ਮਸ਼ੀਨ ਚਲਾ ਦਿੱਤੀ ਜਾਂਦੀ ਸੀ ਤੇ ਉਹ ਫਿਰ ਸਾਰੇ ਸਟੈਂਸਲ ਕਾਪੀਆਂ ਨਿਕਲ ਆਉਂਦੀਆਂ ਸਨ ਕਈ ਵਾਰੀ ਕਾਲਜਾਂ ਵਿੱਚ ਯੂਨੀਵਰਸਿਟੀਾਂ ਵਿੱਚ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਮੈਂ ਜਲੰਧਮ ਕਰਨ ਗਿਆ ਸਾਂ ਪਟਿਆਲੇ ਪੰਜਾਬੀ ਯੂਨੀਵਰਸਿਟੀ ਤੇ ਸਾਡੇ ਜਿਹੜੇ ਪਹਿਲੇ ਟੀਚਰਸ ਸਨ ਜਦੋਂ ਨਵਾਂ ਨਵਾਂ ਡਿਪਾਰਟਮੈਂਟ ਸ਼ੁਰੂ ਹੋਇਆ ਅਸੀਂ ਪਹਿਲੇ ਬੈਚ ਦੇ ਵਿਦਿਆਰਥੀ ਸਾਂ ਤਾਂ ਮਿਸਜ਼ ਆਸ਼ਾ ਸ਼ਰਮਾ ਸਾਡੀ ਟੀਚਰ ਹੁੰਦੀ ਸੀ ਤੇ ਉਹਨੇ ਬਹੁਤ سارے ਨੋਟ ਸਾਨੂੰ ਸਟੈਂਸਲ ਕਰਕੇ ਦਿੱਤੇ ਸਨ ਤੇ ਉਹ ਅੱਜ ਵੀ ਮੇਰੇ ਕੋਲ ਉਹ ਨੋਟਸ ਹਨ ਸੋ ਸਟੈਂਸਲ ਲਾਈਕ ਬੜਾ ਵੱਡਾ ਯੂਸੀ ਜਾਂ ਟਾਈਪਰਾਈਟਰ ਤੋਂ ਬਾਅਦ ਸਟੈਂਸਲ ਯੂਜ਼ ਕਰਦੇ ਸੀ ਜਦੋਂ ਮਲਟੀ ਮਲਟੀਪਲ ਨੰਬਰ ਆਫ ਕਾਪੀਜ਼ ਬਣਾਉਣੀਆਂ ਹੁੰਦੀਆਂ ਸਨ ਤਾਂ ਸਟੈਂਸਲ ਯੂਜ਼ ਕੀਤੇ ਜਾਂਦੇ ਸਨ ਇਸੇ ਤਰ੍ਹਾਂ ਹੀ ਸਰਕਾਰਾਂ ਦੇ ਆਰਡਰ ਸਟੈਂਸਲ ਤੇ ਇਸ਼ੂ ਹੁੰਦੇ ਸਨ ਤੇ ਉਹਨਾਂ ਤੇ ਫਿਰ ਇੱਕ ਸਪੈਸ਼ਲ ਪੈਨ ਹੁੰਦਾ ਸੀ ਉਹਦੇ ਨਾਲ ਉਹ ਸਾਈਨ ਕਰ ਦਿੰਦੇ ਸਨ ਤੇ ਉਸ ਪੈਨ ਉਸ ਦੇ ਨੈਚਰ ਸਾਰੇ ਕਾਪੀਆਂ ਤੇ ਚਲੇ ਜਾਂਦੇ ਸਨ ਚਲੋ ਉਸ ਟੈਂਸਲ ਦਾ ਸਮਾਂ ਵੀ ਆਇਆ ਕਾਰਬਨ ਦਾ ਪੇਪਰ ਹੌਲੀ ਟਾਈਮ ਖਤਮ ਹੁੰਦਾ ਗਿਆ ਕਾਰਬਨ ਪੇਪਰਾਂ ਦਾ ਅਫੇਸ ਟੈਂਸਲ ਦਾ ਟਾਈਮ ਵੀ ਖਤਮ ਹੁੰਦਾ ਗਿਆ ਆਜ ਵੀ ਕਈ ਸਰਕਾਰੀ ਦਸਤਰਾਵਾਂ ਵਿੱਚ ਤੁਸੀਂ ਦੇਖੋਗੇ ਸਾਈਡਾਂ ਤੇ ਉਹ ਖਰਾਬ ਹੋਈਆਂ ਪਈਆਂ ਟੈਂਸਲ ਦੀਆਂ ਮਸ਼ੀਨਾਂ ਦਾ ਟੈਂਸਲ ਪ੍ਰਿੰਟ ਕਰਨ ਦੇ ਮਸ਼ੀਨਾਂ ਪਈਆਂ ਹੋਣਗੇ ਉਸ ਟੈਂਸਲਾਂ ਦੇ ਡੱਬੇ ਪਏ ਹੋਣਗੇ ਕਾਰਬਨਾਂ ਦੇ ਪੁਰਾਣੇ ਡੱਬੇ ਪਏ ਹੋਣਗੇ ਚਲੋ ਸਮੇਂ ਦੀ ਇਹ ਰਿਕੁਆਇਰਮੈਂਟ ਦੇ ਹਿਸਾਬ ਨਾਲ ਸਾਰਾ ਚੇਂਜ ਹੁੰਦਾ ਰਹਿੰਦਾ ਤੇ ਹੁਣ ਤੁਹਾਡੇ ਕੰਪਿਊਟਰ ਆ ਗਏ ਨੇ ਕੰਪਿਊਟਰ ਵਿੱਚ ਤੁਸੀਂ ਜਿੰਨੇ ਮਰਜ਼ੀ ਕਾਪੀਆਂ ਕਰ ਲਓ ਹਾਂ ਪਰ ਜਿਹੜੀ ਕਾਸਟ ਹੈ ਵੈਲੇ ਫੋਟੋਸਟਾਟ ਦਾ ਟਾਈਮ ਵੀ ਆਇਆ ਹੈ ਕਿ ਤੁਸੀਂ ਟਾਈਪ ਨਹੀਂ ਕਰਨਾ ਤੇ ਆਪਣਾ ਸਰਟੀਫਿਕੇਟ ਉਹਦਾ ਫੋਟੋਸਟਾਟ ਕਰ ਲਓ ਉਸ ਤੋਂ ਬਾਅਦ ਉਹਨੂੰ ਜਾ ਕੇ ਅਟੈਸਟ ਕਰਾ ਲਵੋ ਔਰ ਫੋਟੋਸਟਾਟ ਵਿੱਚ ਜਿਹੜਾ ਕਾਗਜ਼ ਪੈਂਦਾ ਸੀ ਮਸ਼ੀਨਾਂ ਵਿੱਚ ਪੈਂਦਾ ਹੈ ਤੇ ਜਿਆ ਟਾਈਪ ਵੈਲੇ ਜਿਹੜਾ ਕਾਗਜ਼ ਪੈਂਦਾ ਉਹ ਲਗਭਗ ਬਹੁਤ ਮਹਿੰਗਾ ਪੈਂਦਾ ਸੀ ਆਮ ਸਧਾਨ ਕਾਗਜ਼ ਦੇ ਮੁਕਾਬਲੇ ਔਰ ਕਾਸਟ ਆਫ ਇੱਕ ਕਾਪੀ ਵੀ ਲਗਭਗ 50 ਪੈਸੇ ਤੋਂ 1 ਰੁਪਇਆ ਪੈ ਜਾਂਦੀ ਸੀ ਪਰ ਉਹਦੇ ਨਾਲ ਇਹ ਸੀ ਕਿ ਜੋ ਚੀਜ਼ ਤੁਹਾਡੇ ਕੋਲ オリジナル ਹੁੰਦੀ ਸੀ ਉਹਦੀ ਬਿਲਕੁਲ ਐਗਜ਼ੈਕਟ ਫੋਟੋਕਾਪੀ ਨਿਕਲ ਆਉਂਦੀ ਸੀ ਤੇ ਉਹਨੂੰ ਫਿਰ ਉਹਨੂੰ ਮਿਲਾ ਕੇ ਅਟੈਸਟ ਕਰਕੇ ਸਟੈਂਪ ਲਗਾ ਦਿੰਦੇ ਸਨ ਕਿ ਇਹ ਟਰੂ ਕਾਪੀ ਹੈ ਸੋ ਫੋਟੋਸਟੈਟ ਦਾ ਜ਼ਮਾਨਾ ਵੀ ਆਇਆ ਫੋਟੋਸਟੈਟ ਦੇ ਨਾਲ ਨਾਲ ਸਕੈਨਿੰਗ ਦਾ ਜ਼ਮਾਨਾ ਵੀ ਆ ਗਿਆ ਕਿ オリジナル ਡਾਕੂਮੈਂਟ ਨੂੰ ਸਕੈਨ ਕਰਕੇ ਸੇਵ ਕਰ ਲੈਂਦੇ ਨੇ ਜੋ ਵੀ ਲੋਡ ਪੈਂਦੀ ਆ ਉਸ ਦੀ ਉਹਦੇ ਕਾਪੀ ਕੱਢੀ ਜਾ ਸਕਦੀ ਆ ਤੁਹਾਨੂੰ ਕੰਪਿਊਟਰ ਸੇਵ ਕਰ ਸਕਦੇ ਹੋ ਸੋ ਇਸ ਸਮੇਂ ਦੇ ਨਾਲ-ਨਾਲ ਇਹ ਚੀਜ਼ਾਂ ਇਜ਼ਾਜ਼ ਹੁੰਦੀਆਂ ਗਈਆਂ ਉਹ ਸਾਡਾ ਜਿਹੜਾ ਪ੍ਰੋਫੈਸ਼ਨਲ ਕੰਮ ਕਰਨ ਦਾ ਤਰੀਕਾ ਸੀ ਉਹਦੇ ਵਿੱਚ ਵੀ ਬਦਲਾਅ ਆਂਦੇਗੇ ਠੀਕ ਹੈ ਟੈਕਨੋਲੋਜੀ ਹਮੇਸ਼ਾ ਬਿਹਤਰੀ ਲਈ ਹੁੰਦੀ ਆ ਜੇ ਤੁਸੀਂ ਉਹਨੂੰ ਪ੍ਰੋਪਰ ਯੂਜ਼ ਕਰੋ ਔਰ ਜਨਰਲ ਜਿਤਾ ਟੈਕਨੋਲੋਜੀ ਦਾ ਪਰੋਟ ਰੋਲ ਰਿਹਾ ਬਿਕੋਜ਼ ਅਸੀਂ ਤਾਂ ਕਦੇ-ਕਦੇ ਟੈਲੀਗ੍ਰਾਮਾਂ ਭੇਜਦੇ ਸਾਂ ਤੇ ਉਹ ਕਿੰਨਾ ਕਿੰਨਾ ਸਮਾਂ ਈਵਨ ਅਰਜਨ ਔਰ ਲਾਈਟਨਿੰਗ ਟੈਲੀਗ੍ਰਾਮ ਵੀ ਦਫ਼ਤਰਾਂ ਵਿੱਚ ਨਹੀਂ ਸਾਨੂੰ ਪਹੁੰਚਦੀਆਂ ਪਰੰਤੂ ਹੁਣ ਜਿਹੜੀ ਇਨਫੋਰਮੇਸ਼ਨ ਹਾਈਵੇਜ਼ ਆ ਗਏ ਨੇ ਇੰਟਰਨੈਟ ਆ ਗਿਆ ਉਹਦੇ ਨਾਲ ਉਹ ਸਾਰੀਆਂ ਸਮੱਸਿਆਵਾਂ ਫੋਟੋ ਭੇਜਣੀਆਂ ਫੀਲਡ ਵਿੱਚੋਂ ਕਿੰਨੇ ਆਸਾਨ ਹੋ ਗਈਆਂ ਨੇ ਔਰ ਇਹਦਾ ਸਾਰਾ ਦਾ ਸਾਰਾ ਬੈਨੀਫਿਟ ਖਾਸ ਕਰਕੇ ਜਰਨਲism ਨੂੰ ਸਭ ਤੋਂ ਜ਼ਿਆਦਾ ਬੈਨੀਫਿਟ ਮਿਲਿਆ ਹੈ ਇਸ ਐਡਵਾਂਸਮੈਂਟ ਇਨ ਟੈਕਨੋਲੋਜੀ ਦਾ اسپੈਸ਼ਲੀ ਪ੍ਰਿੰਟ ਟੈਕਨੋਲੋਜੀ ਦਾ اسپੈਸ਼ਲੀ ਜਿਹੜੀ ਤੁਸੀਂ ਕਾਪੀ ਤੁਹਾਨੂੰ ਕਰਨੀ ਪੈਂਦੀ ਸੀ ਜਾਂ ਬਣਾਣੀ ਪੈਂਦੀ ਸੀ ਜਾਂ ਫੋਟੋ ਭੇਜਣੀ ਪੈਂਦੀ ਸੀ ਫੋਟੋ ਸਕੈਨ ਕਰਨੀ ਪੈਂਦੀ ਸੀ ਉਸ ਦੇ ਵਿੱਚ ਜੋ ਐਡਵਾਂਸਮੈਂਟ ਹੋਈਆਂ ਨੇ ਅੱਜ ਤੁਸੀਂ ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਬੈਠੇ ਕਿਸੇ ਕੋਨੇ ਦੇ ਵੀ ਸੈਕਿੰਡਾਂ ਵਿੱਚ ਹੀ ਆਪਣੀ ਕਾਪੀ ਆਪਣੇ ਫੋਟੋਗ੍ਰਾਫਸ ਆਪਣੇ ਇਲਸਟ੍ਰੇਸ਼ਨਸ ਆਪਣੇ ਗ੍ਰਾਫ ਜੋ ਵੀ ਤੁਸੀਂ ਚਾਹੁੰਦੇ ਹੋ ਤੁਸੀਂ ਟ੍ਰਾਂਸਮਿਟ ਕਰ ਸਕਦੇ ਹੋ ਉਹ ਬਹੁਤ ਕੁਇਕਲੀ ਹੋ ਜਾਂਦੇ ਨੇ ਪੁਰਾਣੇ ਵੇਲੇ ਦਾ ਟਾਈਪ ਰਾਈਟਰ ਵਿੱਚ ਕਦੇ ਕਦੇ ਰਿਬਨ ਹੀ ਖਤਮ ਹੋ ਜਾਂਦਾ ਸੀ ਤਾਂ ਮੁਸੀਬਤ ਆ ਜਾਂਦੇ ਸੀ ਕਿਉਂਕਿ ਜਦੋਂ ਤੁਸੀਂ ਟਾਈਪ ਕਰਦੇ ਸੌ ਤਾਂ ਉੱਪਰਿਆ ਹੀ ਨੀਚੇ ਜਾਂਦਾ ਬਿਕਾਜ਼ ਰਿਬਨ ਪੁਰਾਣਾ ਹੋ ਗਿਆ ਸੀ ਉਹਦੀ ਇੱਕ ਮੁੱਕ ਜਾਂਦੀ ਸੀ ਸੋ ਸਮਾਂ ਉਹ ਵੀ ਸੀ ਤੇ ਸਮਾਂ ਅੱਜ ਦਾ ਵੀ ਆ ਗਿਆ ਪਰ ਇਹ ਸਮਾਂ ਵੀ ਨਹੀਂ ਰਹਿਣਾ ਇਸ ਤੋਂ ਬਾਅਦ ਟੈਕਨੋਲੋਜੀ ਨੇ ਪਤਾ ਨਹੀਂ ਕਿੱਥੇ ਲੈ ਜਾਣਾ ਸੋ ਮੈਂ ਸੋਚਿਆ ਜ਼ਰੂਰ ਆਪਣੇ ਪੁਰਾਣੇ ਦਿਨਾਂ ਦੇ ਜਿਹੜੇ ਸਾਡੇ ਤਜਰਬੇ ਸਨ ਅਸੀਂ ਜਿਵੇਂ ਟਾਈਪਰਾਟਰਾਂ ਨਾਲ ਖੁੱਲਦੇ ਰਹਿੰਦੇ ਸਾਂ ਜਾਂ ਸਟੈਂਸਲ ਮਸ਼ੀਨਾਂ ਨਾਲ ਖੁੱਲਦੇ ਰਹਿੰਦੇ ਸਾਂ ਜਾਂ ਫਿਰ ਫੋਟੋਸਟੈਟ ਕਰਾਂਦੇ ਰਹਿੰਦੇ ਸਾਂ ਤੇ ਅੱਜ ਉਹ ਦਿਨ ਲਗਭਗ ਅਸੀਂ ਪਿੱਛੇ ਪਾ ਚੁੱਕੇ ਹਾਂ ਤੇ ਅੱਗੇ ਤੇ ਅੱਗੇ ਵਧਦੇ ਜਾ ਰਹੇ ਹਾਂ ਉਸ ਟੈਕਨੋਲੋਜੀ ਨੂੰ ਜਿਹਨੇ ਕਰੇ ਸਾਡੀ ਬਹੁਤ ਮਦਦ ਕੀਤੀ ਸੀ ਅੱਜ ਅਸੀਂ ਉਹ ਸਟੋਰਾਂ ਵਿੱਚ ਜਾਂ ਇਵਨ ਜਿਹੜੇ ਕੰਡੈਮਡ ਖਾਨੇ ਹੁੰਦੇ ਨੇ ਘਰਾਂ ਦੇ ਕੋਰਨਰ ਹੁੰਦੇ ਨੇ ਉਹਨਾਂ ਅੱਜ ਅਸੀਂ ਉਹ ਡੰਪ ਕਰਕੇ ਛੱਡ ਜਾਂਦੇ ਆ ਇਹ ਨਹੀਂ ਸੋਚਦੇ ਕਿ ਇਸ ਟੈਕਨੋਲੋਜੀ ਨੇ ਵੀ ਕਦੇ ਇੱਕ ਅਹਿਮ ਰੋਲ ਪਲੇ ਕੀਤਾ ਸੀ ਸੋ ਬਸ ਅੱਜ ਦੇ ਐਪੀਸੋਡ ਉਚਾਨਾ ਹੀ ਅਗਲੀ ਵਾਰੀ ਫੇਰ ਇੱਕ ਨਵਾਂ ਮੁੱਦਾ ਲੈ ਕੇ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ